ਗਗਨਦੀਪ ਸਿਡਾਨਾ। ਤੇ ਮੈਮ ਕੀ ਕਹੋਗੇ ਜਿਹੜੀ ਐਗਜੀਬਿਸ਼ਨ ਲੱਗੀ ਹੈ ਇਹਦੇ ਵਿੱਚ ਤੁਸੀਂ ਕੀ ਲੈ ਕੇ ਆਏ ਖਾਸ? ਸਰ ਮੇਰੇ ਸਾਰੇ ਆਰਟ ਵਰਕਸ ਹੈਗੇ ਨੇ, ਉਹਦੇ ਵਿੱਚ ਪੋਰਟਰੇਟਸ ਬਣੇ ਹੋਏ ਨੇ, ਚਾਕੋਲ ਪੋਰਟਰੇਟਸ ਹੈ, ਐਕ੍ਰੈਲਿਕ ਪੋਰਟਰੇਟਸ ਹੈ, ਕਲਰਡ ਪੈਨਸਿਲ ਪੋਰਟਰੇਟਸ ਹੈਗੇ ਨੇ, ਅਤੇ ਕੈਨਵਸ ਪੇਂਟਿੰਗਸ ਜਿਸ ਤਰ੍ਹਾਂ ਦੀ ਕਹੋ ਉਸ ਤਰ੍ਹਾਂ ਦੀ ਮਿਲੇਗੀ, ਜਿਹੜੇ ਸਾਈਜ਼ 'ਚ ਕਹੋ ਉਸ ਸਾਈਜ਼ 'ਚ ਮਿਲੇਗੀ। ਰੈਜ਼ਿਨ ਆਰਟ ਵਰਕਸ ਹੈਗੇ ਨੇ, ਕਲੋਕਸ ਹੈਗੇ ਨੇ ਬਹੁਤ ਬਿਊਟੀਫੁਲ, ਅਤੇ ਹੋਰ ਮੰਤਰਾ ਫਰੇਮਸ ਵੀ ਹੈਗੇ ਨੇ ਰੈਜ਼ਿਨ ਦੇ ਵਿੱਚ। ਸੋ ਪਲੀਜ਼ ਵਿਜ਼ਿਟ ਕਰੋ, ਦੇਖੋ, ਬਹੁਤ ਸੋਹਣਾ ਲੱਗ ਰਿਹਾ ਸਭ ਕੁਛ। ਅਤੇ ਮੈਮ ਪੇਂਟਿੰਗ ਨੂੰ ਲੈ ਕੇ ਕੀ ਕਹੋਗੇ, ਜਿਵੇਂ ਹੁਣ ਪੇਂਟਿੰਗ ਦੇ ਲੋਕ ਪਸੰਦ ਕਰਦੇ ਆ, ਲੋਕ ਕਹਿੰਦੇ ਸਟੈਚੂ, ਤੁਸੀਂ ਉਹ ਬਣਾ ਦਿੰਦੇ ਹੋ ਸਾਰਾ ਕੁਛ? ਹਾਂਜੀ, ਸੇਮ ਟੂ ਸੇਮ ਪੋਰਟਰੇਟਸ ਬਣ ਜਾਂਦੇ ਨੇ। ਅਤੇ ਮੈਮ ਇਸ ਐਗਜੀਬਿਸ਼ਨ ਦਾ ਕਿੰਨਾ ਮਤਲਬ ਬੈਨੀਫਿਟ ਮਿਲ ਰਿਹਾ? ਬੈਨੀਫਿਟ ਅੱਛਾ ਮਿਲ ਰਿਹਾ, ਲੋਕ ਆ ਰਹੇ ਨੇ, ਕੰਮ ਨੂੰ ਪਸੰਦ ਕਰ ਰਹੇ ਨੇ, ਆਰਡਰ ਪਲੇਸ ਕਰ ਰਹੇ ਨੇ, ਕਾਫੀ ਆਰਡਰਸ ਮਿਲ ਚੁੱਕੇ ਨੇ ਸਵੇਰ ਦੇ। ਅਤੇ ਸਭ ਤੋਂ ਅਟਰੈਕਟਿਵ ਜਿਹੜੀ ਲੋਕਾਂ ਨੇ ਕੀ ਚੀਜ਼ ਪਸੰਦ ਕੀਤਾ ਇੱਥੇ ਜਿਹੜਾ ਤੁਹਾਡੇ ਕੋਲ? ਰੈਜ਼ਿਨ ਕਲੋਕਸ ਦੀ ਬਹੁਤ ਇਨਕੁਆਇਰੀ ਆ ਰਹੀ ਹੈ, ਚਾਕੋਲ ਪੋਰਟਰੇਟਸ ਦੀ ਬਹੁਤ ਇਨਕੁਆਇਰੀ ਆ ਰਹੀ ਹੈ, ਅਤੇ ਮੇਰੇ ਮੰਤਰਾ ਫਰੇਮਸ ਬਹੁਤ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ। ਅਤੇ ਮੈਮ ਐਗਜੀਬਿਸ਼ਨ ਤੋਂ ਇਲਾਵਾ ਵੀ ਜੇਕਰ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਜਾਂ ਕੰਟੈਕਟ ਕਿਸੇ ਤਰ੍ਹਾਂ ਤੁਹਾਨੂੰ ਕੋਈ ਪ੍ਰੋਡਕਟ ਖਰੀਦਣਾ ਹੋਵੇ, ਕਿੱਥੇ ਮਿਲ ਸਕਦਾ? ਹਾਂਜੀ ਸਰ, ਮੇਰਾ ਰੈਜ਼ੀਡੈਂਸ ਹੈ, ਮੈਂ ਉੱਥੋਂ ਹੀ ਵਰਕ ਕਰਦੀ ਹਾਂ, ਆਪਣਾ 440R ਮਾਡਲ ਟਾਊਨ, ਬੈਕ ਸਾਈਡ ਆਫ ਦੀਪ ਹੋਸਪਿਟਲ। ਅਤੇ ਤੁਸੀਂ ਇੰਸਟਾਗ੍ਰਾਮ ਦੇ ਪੇਜ 'ਤੇ ਫੋਲੋ ਕਰਕੇ ਮੈਨੂੰ DM ਵੀ ਕਰ ਸਕਦੇ ਹੋ ਔਨਲਾਈਨ, ਜੇ ਤੁਸੀਂ ਕੋਈ ਆਰਡਰ ਪਲੇਸ ਕਰਨਾ ਤਾਂ। ਇੱਕ ਵਾਰ ਫਰਮ ਦਾ ਨਾਮ ਦੱਸੋ। ਆਰਟ ਹੀਲਸ ਬਾਏ ਗਗਨ।